ਹਾਂਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਆਪਾਂ ਦੋ ਤਾਜ਼ੀਆਂ ਸੂਈਆਂ ਗਾਵਾਂ ਸੇਲ ਲਈ ਲੈ ਕੇ ਆਏ ਜੀ, ਆਓ ਪੁੱਛ ਲੈਣੇ ਬਾਈ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ? ਵਧੀਆ ਹਾਂਜੀ, ਵਧੀਆ ਜੀ, ਵਧੀਆ ਚੱਲਦਾ ਕੰਮ। ਹਾਂਜੀ ਬਹੁਤ ਵਧੀਆ ਜੀ। ਨਾਮ ਤੇ ਐਡਰੈਸ? ਨਾਮ ਇਰਫਾਨ ਖਾਨ, ਪਿੰਡ ਚੀਦਾ, ਡਿਸਟ੍ਰਿਕਟ ਮੋਗਾ, ਤਹਿਸੀਲ ਬਾਘਾ ਪੁਰਾਣਾ ਜੀ। ਨੇੜੇ ਪਿੰਡ ਕੋਈ? ਨੇੜੇ ਪਿੰਡ ਭਗਤਾ ਭਾਈ ਤੇ ਬਰਗਾੜੀ ਹੈ ਜੀ। ਮੋਬਾਈਲ ਨੰਬਰ ਬੋਲ? 9760-43-843 ਜੀ। ਠੀਕ ਹੈ ਬਾਈ, ਦੋ ਗਾਵਾਂ ਨੇ ਅੱਜ ਬਾਈ? ਦੋ ਗਾਵਾਂ ਜੀ, ਦੋਨੇ ਰਾਤ ਹੀ ਸੂਗਾ ਜੀ। ਦੋਨੇ ਤਾਜ਼ੀਆਂ ਸੂਈਆਂ, ਰਾਤ ਹੀ ਸੂਈਆਂ। ਹਾਂਜੀ, ਪਹਿਲੇ ਨੰਬਰ ਵਾਲੀ ਕਿਹੜਾ ਸੂਆ ਸੂਈ ਹੈ? ਦੂਜਾ ਸੂਆ ਸੂਈ ਹੈ ਬਾਈ ਡਾਕਟਰ। ਹਾਂਜੀ, ਰਾਤ ਸੂਈ ਹੈ। ਹਾਂ, ਜੇਜੂ ਵਧੀਆ ਪੈ ਗਈ, ਜੇਜੂ ਦੀ ਫੁੱਲ ਗਾਰੰਟੀ ਹੈ ਬਾਈ। ਬੱਚਾ ਕੀ ਦਿੱਤਾ? ਮਗਰ ਬੱਚਾ ਬਾਈ ਇਹਦੇ, ਬੱਚਾ ਦੇ। ਹਾਂਜੀ, ਕਿੰਨਾ ਬੋਲਾ ਕੱਢਿਆ ਦੁੱਧ ਬਾਈ? ਤੜਕੇ ਐਵੇਂ ਗੱਪ ਮਾਰਨ ਨੂੰ ਕਿਵੇਂ 6 ਕਿਲੋ ਬੋਲਾ ਕੱਢਿਆ? ਅੱਛਾ, ਹਾਂਜੀ, ਥੋੜੀ ਸ਼ਰਤੀ ਸੀਗੀ। ਠੀਕ ਹੈ ਬਾਈ, ਹਾਂਜੀ, ਥਣ ਬਹੁਤ ਚੰਗਾ। ਹਾਂ, ਤੁਹਾਨੂੰ ਬਹੁਤ ਚੰਗਾ, ਚਵਾਈ ਚ ਵੀ ਬਹੁਤ ਚੰਗੀ ਲੱਗੀ, ਬਾਕੀ ਤੁਹਾਨੂੰ ਧਾਰਾਂ ਹੀ ਮਾਰ ਕੇ ਦਿਖਾਉਂਦੇ ਨਾਲ ਦਾ ਥਣ ਲੱਗਿਆ, ਕੱਲਾ ਕੱਲਾ ਥਣ ਧਾਰਾਂ ਪੂਰਾ ਮਾਰ ਕੇ ਦਿਖਾਉਂਦੇ। ਬਾਈ ਦੇਖੋ, ਚਵਾਈ ਚੰਗੀ ਹੈ ਨਾ? ਚਵਾਈ ਦਾ ਬਾਲੀ 1 ਨੰਬਰ ਆ। ਲੈ ਜਿਵੇਂ ਮਰਜੀ ਧਾਰਾਂ ਮਾਰੀ, ਚੱਲ ਮੈਂ ਕਹਿੰਦਾ ਕਿਆ ਬਾਤ ਹੈ, ਠੰਡੀ ਸੀ ਜਾਣ ਕੇ ਮਾਲੀ ਦਾ ਬੜਾ ਬੜਾ ਚੰਗਾ ਬਾਈ, ਬਹੁਤ ਚੰਗਾ ਆਰਡਰ ਕਮਾ, ਠੰਡੀ ਠੰਡੀ ਬਹੁਤ ਆ ਬਾਈ। ਖੋਲ ਦੇ ਬਾਈ, ਤੋੜ ਕੇ ਦਿਖਾ ਦੇ। ਗਰਮੀ ਬਿਲਕੁਲ ਨੀ ਮੰਨਦੀ, ਫੈਂਡ ਆ ਜਿਹੜੀ ਕਰਮ ਵਾਲੀ ਦੀ, ਫੁੱਲ ਚੰਗੀ ਆਊ। ਮੱਝ ਵਰਗਾ ਦੁੱਧ ਦਿਓ ਬਾਈ, ਮੱਝ ਵਾਲੀ ਥਾਣ ਲੱਗ ਗਿਆ। ਦਵਾਈ ਦੁਈ ਬਾਈ ਕਹਿੰਦਾ ਨੰਬਰ 1 ਆ ਬਾਈ ਨੇ ਧਾਰਾ ਮਾਰੀ। ਦੁੱਧ ਬਾਈ ਪਹਿਲੇ ਨੇ 14-15 ਕਿਲੋ ਦਿੱਤਾ ਦੁੱਧ, 16-17 ਕਿਲੋ ਖੁੱਲਾ ਕੱਢੂ ਬਾਈ ਯਾਰ। ਰੰਗ ਰੂਪ ਬਹੁਤ ਚੰਗਾ ਹਨਾ? ਹਾਂਜੀ ਬਾਈ, ਠੀਕ। ਬਾਕੀ ਥਣਾ ਥੁਣਾ ਦੀ ਲੇਵੇ ਲੂ ਦੀ ਬਾ ਕਮਾਲ ਹੀ ਆ ਬਾਈ ਯਾਰ, ਸਵੀ ਪਲੀ ਰਾਜੀ ਰੂ ਜੀ ਵੀ ਫੁੱਲ ਆ। ਆਰਡਰ ਕਮਾਲ ਦਾ, ਸ਼ਾਮ ਤੱਕ ਆਰਡਰ ਆ ਜਿਹੜਾ ਕਰਮ ਵਾਲੀ ਨੇ ਵਧੀਆ ਤਿਆਰ ਕਰ ਲੈਣਾ। ਕੀ ਮੁੱਲ ਆ ਜਾਇਜ਼? ਯਾਰ ਮੁੱਲ ਬਾਈ ਜਾਇਜ਼ 66,000 ਦੀ ਦੇਣੀ ਹੈ ਜੀ। ਮਾਨਤਾਨ ਹੋ ਜੀ? ਮਾਨਤਾ ਨੀ ਹੋਊਗਾ, ਐ ਨੀ ਵੀ ਕੋਈ 50 ਲੈ ਲਾ 55 ਲੈ ਲਾ, ਐ ਨੀ ਕੋਈ ਗੱਲ ਨੀ ਬਾਈ। 66,000 ਰੁਪਇਆ ਮੁੱਲ ਆ ਬਾਈ, ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨ ਥੱਲੋ ਲੇਵੇ ਲੂਵੇ ਦਿਖਾ ਦੇ ਯਾਰ। 8-9 ਦਾ ਟਾਈਮ ਆ, ਚੋਰੀ ਕਰਕੇ ਥੋੜੀ ਦੱਖ ਘੱਟ ਦੇ ਵਾ। ਦੇਖੋ ਲੇਵਾ, ਇੱਧਰੇ ਬੈ ਥਾਂ ਥੁਣ ਦੇਖ ਬਾਈ, ਬੱਚੀ ਦੇ ਬਹੁਤ ਚੰਗਾ ਥਾਂ ਲੱਗਿਆ। ਐ ਗੈਸ ਗੈਸ ਦੀ ਵੈਸ ਤੇ ਥਾਂ ਲੱਗਿਆ ਬਾਈ, ਗੈਸ ਗੈਸ ਦੀ ਸਹੀ ਗੱਲ ਆ, ਵੈਸ ਦੇ ਥਾਂ ਲੱਗਿਆ ਬਾਈ। ਇਧਰੋਂ ਪਿਛਾਂ ਤੋਂ ਵੀ ਆਰਡਰ ਬਹੁਤ। ਹਾਂਜੀ, ਕੋਈ ਬਾਹਰ ਮਾਨਤਾ ਨਹੀਂ ਹੋਣਾ, ਕੋਈ ਐ 55 ਲੈ ਲਾ 56 ਲੈ ਲਾ, ਐ ਨਾ ਕੋਈ ਮੈਨੂੰ ਫੋਨ ਲਾਵੇ ਬਾਈ। ਨਾੜਾ ਨੂੜਾ ਬਹੁਤ ਚੰਗੀਆਂ ਨਾੜਾ ਨੂੜਾ ਬਾਈ ਯਾਰ, ਦੁੱਧ ਇਹ ਤਾਂ ਕੋਈ ਬੰਦਾ 20 ਕਿਲੋ ਵੀ ਦੁੱਧ ਲੈ ਸਕਦਾ ਬਾਈ। ਠੀਕ ਆ, ਹਾਂਜੀ, ਸੇਵਾ ਵਾਲਾ ਹੋਵੇ, ਪਰ ਆਪਾਂ 17 ਕਿਲੋ ਕਹਿ ਕੇ ਦਿੰਦੇ, 20 ਕਿਲੋ ਵੀ ਕੱਢ ਸਕਦੀ ਹੈਗਾ। ਠੀਕ ਆ ਬਾਈ, ਹਾਂਜੀ, ਅੱਗੇ ਵੀਰੇ 2 ਨੰਬਰ ਕਿਹੜਾ ਸੂਆ ਸੂਈ? ਇਹ ਵੀਰੇ ਦੂਜਾ ਸੂਆ ਸੂਈ ਆ, ਇਹਦੇ ਮਗਰ ਬੱਚੀ ਆ, ਇਹ ਕਰਕੇ 4 ਕਵੇ ਸੂਈ ਆ, ਜੇ ਜੁਰ ਇਹਦੀ ਵਧੀਆ ਪੈ ਗਈ, ਬਹੁਤ ਠੰਡੀ ਠੰਡੀ ਬਹੁਤ ਆ ਬਾਈ। ਲੈ ਜਿਵੇਂ ਮਰਜੀ ਬੈਠਾ ਰਹੇ ਹਨਾ, ਕਹਿੰਦੀ ਗਰਮ ਵਾਲੀ ਕੋਈ ਕਹਿੰਦੀ ਕੁਛ ਨਹੀਂ ਬਾਈ। ਲੈ ਕਿਆ ਬਾਤ ਆ, ਹਾਂਜੀ, ਜਿਵੇਂ ਮਰਜੀ ਬੈਠਾ ਰਹੇ। ਦੁੱਧ ਨੇ ਪਹਿਲਾਂ ਨੇ 13 ਕਿਲੋ ਦਿੱਤਾ, ਆਪਾਂ 14 ਕਿਲੋ ਕਹਿ ਕੇ ਦੇਵਾਂਗੇ ਇਹ ਬਾਈ। ਠੀਕ ਆ, ਹਾਂਜੀ, ਇਹ 14 ਕਿਲੋ ਕਹਿ ਕੇ ਦੇਵਾਂਗੇ। ਦਾ ਆਰਡਰ ਬੜਾ ਕਮਾਲ, ਬੜਾ ਆਰਡਰ ਚੰਗਾ ਬਾਈ ਯਾਰ। ਥਾਂ ਥੁਣ ਦੇ ਕੇ ਜਾ, ਨੋਕ ਵਾਲਾ ਗਲਾਸ ਵਰਗਾ। ਸਹੀ ਗੱਲ ਆ, ਖੋਲ ਦੇ ਬਾਈ, ਤੋੜ ਕੇ ਦਿਖਾ ਦੇ। ਕਲਰ ਬੜਾ ਚੰਗਾ, ਕੱਦ ਵੱਡ ਚੰਗਾ, ਸੂਈ ਸਵਾਈ, ਬੱਚਾ ਵੀ ਮਗਰ ਬੱਚੀ ਆ, ਬੱਚੀ ਵੀ ਚੰਗੀ ਆ ਬਾਈ, ਬੈਡ ਵੀ ਚੰਗੀ ਆ, ਰੰਗ ਰੁੰਗ ਬਹੁਤ ਚੰਗਾ, ਚਮਕ ਚਮਕ ਥੋੜਾ ਬੱਚੇ ਦਾ ਕਰਦੀ ਹੱਥ ਦੇ ਚੰਗੀ ਆ, ਬੈਡ ਸਨੱਖੀ ਆ ਬਾਈ, ਆਰਡਰ ਕਮਾਲ ਦਾ, ਥਣ ਥੁਣ ਬਹੁਤ ਚੰਗਾ ਲੱਗਿਆ। ਤੋਰਾ ਤਾਰਾ ਚੈੱਕ ਕਰੋ ਬਾਈ, ਬੈਡ ਤੋਰਾ ਤਾਰਾ ਦੇਖੋ ਬਾਈ, ਤੋਰਾ ਤਾਰਾ ਗਰਮ ਵਾਲੀ ਦਾ ਚੰਗਾ ਆਰਡਰ ਕਮਾਲ ਦਾ, ਮੁੱਠੀ ਵਾਲਾ ਥਾਣਾ, ਕੱਲਾ ਕੱਲਾ ਥਾਣਾ ਬਾਈ। ਦੁੱਧ ਵੀ ਬਹੁਤ ਚੰਗਾ, ਦੁੱਧ ਬਾਈ 14-15 ਦੁੱਧ ਕੱਢੂਗੀ। ਐਵੇਂ ਆਪਾਂ ਕਹਿਣ ਨੂੰ ਐਵੇਂ ਕਹੀ ਜਾਗੇ ਵੀ 16-17 ਕਿਲੋ ਕੱਢੋ, ਉਹ ਗੱਲ ਏਦਾਂ ਫਾਇਦਾ ਨੀ ਬਾਈ ਮੁੜ ਕੇ। ਸਹੀ ਗੱਲ ਆ, ਦੁੱਧ ਪਹਿਲਾਂ ਨੇ 13 ਕਿਲੋ ਦਿੱਤਾ ਬਾਈ ਇਹਨੇ ਯਾਰ, ਠੰਡੀ ਠੰਡੀ ਜਿੰਨੀ ਕਹਿ ਦੇ ਬਾਈ ਯਾਰ, ਇਹਦਾ ਕਰਕੇ 4 ਕਿਲੋ ਬਹੁਤਾ ਕੱਢਿਆ, 4-5 ਕਿਲੋ। ਅੱਛਾ, ਥਾਣ ਬੜਾ ਚੰਗਾ ਹਨਾ, ਮੁੱਠੀ ਵਾਲਾ ਥਾਣ, ਕੱਲਾ ਕੱਲਾ, ਐਂ ਬੈਠਾ ਰਹੀ ਕੋਈ ਗੱਲਬਾਤ ਨੀ ਨਾ ਬਾਈ ਯਾਰ। ਕਹਿੰਦੀ ਕੁਛ ਨੀ, ਬਹਿਣਾ ਦੋਨੀ ਬਹੁਤ ਠੰਡੀਆਂ ਬਾਈ ਯਾਰ। ਸਹੀ ਗੱਲ ਆ, ਠੰਡੀ ਬਹੁਤ ਆ, ਕਹਿੰਦੀ ਕੁਛ ਨੀ, ਆਰਡਰ ਕਮਾਲ ਦਾ, ਮੁੱਠੀ ਵਾਲਾ ਥਾਣ, ਕੱਲਾ ਕੱਲਾ ਥਾਣ, ਚਾਰੇ ਥਾਂ ਨਿਕਲ ਮੈਂ ਪੂਰੇ ਗਏ। ਸੋਈ ਸਵਾਈ ਬੱਚਾ, ਮਗਰ ਦੋਨੇ ਸੂਗਾ ਸਵਾਂਗਾ ਨਗੀਨੇ ਹੀ ਆ ਬਾਈ, ਇੱਕ ਸਾਹ ਦਾ ਬੋਲ ਬਾਈ।
ਇਹਦਾ 56,000 ਆ ਬਾਈ, ਮਾਨਤਾ ਨਾ ਹੋ ਜੇ, ਮਾਨਤਾ ਨੀ ਹੋਊਗਾ ਕੋਈ ਐਂ ਨਾ ਵੀ 45 ਲੈ ਲਾ 46 ਲੈ ਲਾ, ਇਹ ਗੱਲ ਨੀ ਬਾਈ। ਹਾਂਜੀ, ਇਹ ਕਿਸੇ ਵੀਰ ਨੂੰ ਦੋਵੇਂ ਨਗਾਂ ਚੋ ਕੋਈ ਵੀ ਦੋਨੇ ਇਹੋ ਜਿਹੇ ਜਾਨਵਰ ਮਿਲਣੇ ਨੀ, ਇਹ ਜਿਹਦੇ ਤੈਨੂੰ ਵੀਡੀਓ ਵੀ ਨੀ ਪਾਈ ਹੋਣੀ ਕਿਸੇ ਨੇ। ਸਹੀ, ਇਹੋ ਜਿਹੇ ਨਗ ਦੀ ਕੋਈ ਕਿਸੇ ਬੰਦੇ ਦੀ ਡਿਮਾਂਡ ਹੀ ਹੁੰਦੀ ਵੀ ਸ਼ਾਹੀਵਾਲ ਤੇ ਜਰਸੀ ਕਰਾਸ ਲੈਣੀ ਹੈ, ਦੋਨੇ ਬਾਈ ਯਾਰ ਕਿਸੇ ਪਾਸੋਂ ਖੁੰਝਗਾ ਨੀ ਬੈਣਾ ਬਾਈ। ਸਹੀ ਗੱਲ ਆ ਬਾਈ, ਧੰਨਵਾਦ।